सरदारी तो नवाज शरीफ एक दूजे कुत्तवार पेंदे सी हुण जे मराहां ने संगी च उंगल दित्ती है ते एक दूजे दे तलवे चट्टे लापे ने उदू कलबदा रहिंदा सी मैनू लियाओ मैं आवाम नूं आ रिलीफ दिआंगा दिआंगा हुण अपनी मां दा मेरे मूंह च कुछ सुणन लगा की करन दे आवे आवाम ने आवाम ने दर्दा ते नहीं कटे आवाम नूं पाड़न नाल ते कटे होए ने आवाम नूं खाण नाल ते कटे होए ने जिहड़े कि पीटीआई वाले जिहड़े ने नौजवानां नूं गुमराह कर रहे ने बोझ पै गया ना आवाम का महंगाई का आवाम बर्दाश्त तो बाहर है आवाम दब कती है असीं फैक्ट्रियां च मजदूर हाँ काम करने हैं लेकिन उजरत थोड़ी है जिहड़ा घिओ दा रेट है दालां दा रेट है उह साडे तों ढेर सारा भरा हो गया था असीं हकूमत दे अगे वी दरखास्त करदे आं और पी टी आई दे नाल आ इंशाअल्लाह ताला चौधरी मम्मा दा कीता देखो जी गल ए वे उहनां दी सजा सानूं तां ना दिओ उहनां नूं पुछो जा के तुसां की कीता उहनां नूं कोई पुछण वाला नहीं कोई अदारा नहीं पुछदा पिया पता वे कि सारे चोर इकट्ठे हो गए ने इक वाहद बंदे ते गल पै जाण ਉਹ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਸਾਰੇ ਗਾਂ ਸਾਹਿਬ ਦੇ ਗੱਲ ਪਏ ਇਹ ਸਾਰੇ ਗੱਲ ਪਏ ਨੇ ਉਹਨਾਂ ਤੇ ਭਾਜੀ ਇਹ ਗੱਲ ਪਏ ਨੇ ਜਿਹੜੇ ਫਿਤਨਾ ਹੈ ਉਹਨੂੰ ਪਾਕਿਸਤਾਨ ਦੀ ਜਾਨ ਛਡਾ ਰਹੇ ਆ ਬਿਲਕੁਲ ਗਲਤ ਬਾਤ ਤੇ ਜੇ ਫਿਤਨਾ ਹੋਵੇ ਤੁਨੇ ਇਹ ਕਾ ਨਾ ਬੁੱਧ ਵਾਇਆ ਕਾ ਨਸਤਾ ਇਹਦਾ ਮਸਲਾ ਕਿਉਂ ਉਠਾਇਆ ਸੀ ਕਿਉਂ ਆਪ ਸਰਕਾਰ ਦੀ ਉਹਨਾਂ ਕਨਲ ਦਾ ਉੱਥੇ ਕਨਲ ਦਾ ਕੌਮੇ ਮੁਤਦਾ ਦੇ ਵਿੱਚ ਗੱਲ ਕੀਤੀ ਅੱਜ ਤਾਂ ਨਹੀਂ ਕਾਇਦ ਆਜ਼ਮ ਤੋਂ ਬਾਅਦ ਅਗਰ ਕਿਸੇ ਨੇ ਗੱਲ ਕੀਤੀ ਹੈ ਤਾਂ ਇਮਰਾਨ ਖਾਨ ਹੈ लेकिन मुल्क की खिदमत करनी चाहिए है मुल्क है तो असि है खात्मे पाकिस्तान आया देखो जी खात्मे पाकिस्तान ने भी बड़ा काम किया है कोई शक नहीं ਉਹਨੇ ਕੰਮ ਨਹੀਂ ਕੀਤਾ ਪੰਜਾਬ ਦਾ ਵਿੱਚ ਉਹਨੇ ਬਹੁਤ ਲਾਹੌਰ ਨੂੰ ਸਵਾਰਿਆ ਸਿਆਲਕੋਟ ਨੂੰ ਉਹਨੇ ਬੜਾ ਕੁਝ ਦਿੱਤਾ ਲੇਕਿਨ ਹੁਣ ਜਿਹੜਾ ਮੌਜੂਦਾ ਵਕਤ ਦੀ ਮਹਿੰਗਾਈ ਹੈ ਉਹਦੇ ਖਿਲਾਫ ਇਹ ਅੱਜ ਸਾਰਾ ਇਤਿਹਾਸ ਉਹਨੇ ਖਿਲਾਫ ਹੀ ਕਹਿੰਦੇ ਕੱਪੜੇ ਵੇਚ ਕੇ ਤੁਹਾਨੂੰ ਆਟਾ ਲੈ ਆਉਂਦਾ ਵੇਖੋ ਜੀ ਉਹਨੇ ਆਖਿਆ ਕਿ ਕੱਪੜੇ ਵੇਚਾਂਗਾ ਲੇਕਿਨ ਉਹ ਲੈ ਲਿਆ ਕਿ ਮੈਂ ਆਵਾਮ ਦੇ ਕੱਪੜੇ ਵੇਚਾਂਗਾ ਆਵਾਮ ਨੂੰ ਉਹਨੇ ਭਲੇਖੇ 'ਚ ਰੱਖਿਆ ਉਹਨੇ ਆਖਿਆ ਮੈਂ ਕੱਪੜੇ ਵੇਚ ਕੇ ਤੁਹਾਨੂੰ ਸਸਤੀ ਦਾਂਗਾ ਸਬਸਿਡੀ ਦਾਂਗਾ ਉਦੋਂ ਕਲਬਦਾ ਰਹਿੰਦਾ ਸੀ ਮੈਨੂੰ ਲਿਆਓ ਮੈਂ ਆਵਾਮ ਨੂੰ ਯਾਰ ਰਿਲੀਫ ਦਿਆਂਗਾ ਦਿਆਂਗਾ ਹੁਣ ਆਪਣੀ ਮਾਂ ਦਾ ਮੇਰੇ ਮੂੰਹ 'ਚ ਕੁਛ ਸੁਣਨ ਲੱਗਾ ਕੀ ਕਰਨ ਦੇ ਆਵੇ ਆਵਾਮ ਦੇ ਕੱਪੜੇ ਵੇਚਣ ਦੇ ਆਵੇ ਜਿਹੜੇ ਮਰਾਹਾਂ ਨੂੰ ਆਉਂਦੇ ਨੇ ਵਲਾ ਦੇ ਮਰਾਹਾਂ 150 ਮਰਾਹਾਂ ਦੀ ਹਕੂਮਤ ਦੇ ਵਿੱਚ 150 ਦਾ ਘਿਓ ਸੀ ਇਹ ਚੋਰ ਆਏ ਨੇ ਇਹਨਾਂ ਨੇ 570 ਰੁਪਏ ਦਾ 80 ਰੁਪਏ ਦਾ ਆਇਲ ਦੇਂਦੇ ਨੇ ਦੱਸੋ ਲੋਕ ਇਹਨਾਂ ਨੂੰ ਕਿਉਂ ਨਾ ਮੁਸਤਰਦ ਕਰਨ ਇਹ ਚੋਰ ਨੇ ਇੱਥੋਂ ਕਮਾ ਕੇ ਆਵਾਮ ਨੂੰ ਪਾਗਲ ਬਣਾ ਕੇ ਉਹਨਾਂ ਬਾਹਰ ਆਪਣੇ ਫੰਡ ਖੜ ਖੜ ਕੇ ਉੱਥੇ ਆਪਣਾ ਫਲੈਟ ਬਣਾਈ ਜਾ ਰਹੇ ਨੇ ਆਵਾਮ ਨੂੰ ਨਜ਼ਰ ਨਹੀਂ ਆ ਰਿਹਾ ਆਵਾਮ ਨੂੰ ਸ਼ੌਰ ਆ ਗਿਆ ਚੋਰ ਨੇ ਤਾਂ ਚੋਰਾਂ ਦਾ ਹੁਣ ਆਵਾਮ ਸਾਥ ਨਹੀਂ ਦੇਗੀ ਇਨਸ਼ਾਅੱਲਾ ਹਾਂਜੀ ਹਾਂਜੀ ਇਹੀ ਗੱਲ ਹੈ ਨਾ ਪਹਿਲਾਂ ਜੋ ਇਹ ਦੋ ਜਮਾਤਾਂ ਸੀ ਸਰਦਾਰੀ ਤੇ ਨਵਾਜ਼ ਸ਼ਰੀਫ ਇੱਕ ਦੂਜੇ ਨੂੰ ਕੁੱਤਵਾਰ ਪੈਂਦੇ ਸੀ ਹੁਣ ਜੇ ਮਰਾਹਾਂ ਨੇ ਨਾ ਸੰਗੀ 'ਚ ਉਂਗਲ ਦਿੱਤੀ ਹੈ ਤੇ ਇੱਕ ਦੂਜੇ ਦੇ ਤਲਵੇ ਚੱਟੇ ਲਾਪੇ ਨੇ ਇਹ ਸਾਰੀ ਪੀਡੀਐਮ ਇਕੱਠੀ ਹੋ ਗਈ ਹੈ ਇੱਕ ਮਰਾਹਾਂ ਵਾਸਤੇ ਆਵਾਮ ਦੇ ਦਰਦਾਂ ਤੇ ਨਹੀਂ ਕੱਟੇ ਆਵਾਮ ਨੂੰ ਪਾੜਨ ਨਾਲ ਤੇ ਕੱਟੇ ਹੋਏ ਨੇ ਆਵਾਮ ਨੂੰ ਖਾਣ ਨਾਲ ਤੇ ਕੱਟੇ ਹੋਏ ਨੇ ਇਹਨਾਂ ਆਪਣਾ ਬਾਹਰ ਬਣਾ ਲਿਆ ਵੇ ਹੁਣ ਇਹਨਾਂ ਤੇ ਆਵਾਮ ਮਰੇ ਜਾਂ ਜੀ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਇਹਨਾਂ ਨੇ ਆਪਣਾ ਢਿੱਡ ਭਰ ਲਿਆ ਵੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਆ ਕੇ ਮਰਾਹਾਂ ਆਏਗਾ ਪੂਰੇ ਭਾਰਾਂ ਨਾਲ ਆਏਗਾ।